ਦੇ ਸਕਦੇ ਹੋ ਕਿਸ ਤਰ੍ਹਾਂ ਦਾਜ ਜਿਹੜੇ ਨੇ ਇੱਥੇ ਮਾਰੇ ਹੋਏ ਨੇ ਤੇ ਨਿਸ਼ਾਨ ਜਿਹੜੇ ਨੇ ਦਰਵਾਜ਼ੇ ਦੇ ਉੱਤੇ ਲੱਗੇ ਹੋਏ ਨੇ, ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ। ਕਹਿੰਦੇ ਆਪਣੀ ਲੜਾਈ ਹੋ ਰਹੀ ਹੈ, ਕਹਿੰਦੇ ਕੋਈ ਆਪਣੇ ਗੇਟ ਦੇ ਉੱਤੇ ਬਹੁਤ ਜ਼ੋਰ ਜ਼ੋਰ ਦੀ ਕਿਰਪਾਨਾਂ ਮਾਰ ਰਿਹਾ, ਇੱਟਾਂ ਮਾਰ ਰਿਹਾ, ਤੇ ਮੈਂ ਬੜੀ ਉੱਪਰ ਵਾਹੀ ਉੱਠਿਆ। ਮੈਂ ਉੱਠ ਕੇ ਜਦੋਂ ਦੇਖਿਆ, ਮੈਂ ਲੈਟ ਜਲਾਈ, ਲੈਟ ਜਲਾ ਕੇ ਮੈਂ ਕੋਠੇ ਤੇ ਚੜ੍ਹ ਗਿਆ। ਮੈਂ ਵੀ ਫਟਾਫਟ ਦੇਖੋ ਆਪਣੇ ਸਿਵਲ ਡਿਫੈਂਸ ਵਾਸਤੇ, ਮੈਂ ਆਪਣੀ ਬਚਾਅ ਵਾਸਤੇ, ਫਿਰ ਮੈਂ ਵੀ ਕੋਠੇ ਚੜ੍ਹ ਗਿਆ। ਮੈਨੂੰ ਨਹੀਂ ਪਤਾ ਲੱਗਿਆ ਕੌਣ ਸੀਗੇ ਕੌਣ ਨਹੀਂ। ਇਹ ਤਕਰੀਬਨ ਘੱਟੋ ਘੱਟ ਨੇ 20 ਜਣੇ ਸੀਗੇ ਜੀ, ਅੱਧੇ ਮੁੰਡੇ ਅੱਗੇ ਆਏ, ਅੱਧੇ ਮੁੰਡੇ ਉਹ ਆਪਣੇ ਨੁੱਕਰ ਦੇ ਉੱਤੇ ਖੜੇ ਸੀਗੇ, ਮੋਟਰਸਾਈਕਲ ਸਟਾਈਲ ਕੀਤੇ ਹੋਏ ਸੀ ਇਹਨਾਂ ਨੇ। ਅੱਧੇ ਜਣੇ ਨੇ ਇੱਥੇ ਆ ਕੇ ਹਮਲਾ ਕੀਤਾ, ਇਹਨਾਂ ਦੇ ਹੱਥ 'ਚ ਲੰਬੇ ਲੰਬੇ ਉਹ ਫੜੇ ਹੋਏ ਸੀਗੇ, ਦਾਤ ਖੰਡੇ ਫੜੇ ਹੋਏ ਸੀ ਇਹਨਾਂ ਦੇ ਭਾਜੀ। ਸਰ ਪੁਲਿਸ ਨੂੰ ਪੌਣਾ ਘੰਟਾ ਅਸੀਂ ਇੰਤਜ਼ਾਰ ਕੀਤਾ, ਸਾਨੂੰ ਇੰਨਾ ਕੁ ਗੁੰਮਰਾਹ ਕੀਤਾ ਨਾ ਪੁਲਿਸ ਨੇ। ਐਂਡ ਮੈਂ ਅੱਕ ਕੇ ਆਪਣਾ ਐਕਟਿਵਾ ਚੱਕ ਕੇ ਮੈਂ 2 ਨੰਬਰ ਡਿਵੀਜ਼ਨ ਗਿਆ। 2 ਨੰਬਰ ਡਿਵੀਜ਼ਨ ਜਦੋਂ ਮੁੱਛੀ ਸਾਹਿਬ ਨੇ PCR ਨੂੰ ਫੋਨ ਕੀਤਾ, PCR ਦਾ ਵੀ ਫੋਨ ਬੰਦ ਸੀ, ਸਰਕਾਰੀ ਫੋਨ। ਲੁਨਾਲਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਇਸ ਸਮੇਂ ਅਸੀਂ ਇਸਲਾਮਗੰਜ ਦੇ ਕੋਲ ਖੜੇ ਹਾਂ, ਥਾਣਾ ਡਿਵੀਜ਼ਨ ਨੰਬਰ 2 ਦੀ ਹੱਦ ਤੋਂ ਤਕਰੀਬਨ 300 ਮੀਟਰ ਦੀ ਦੂਰੀ ਦੇ ਉੱਤੇ ਹੈ। ਇਸਲਾਮਗੰਜ ਦੇ ਕੋਲ ਟੈਂਕੀ ਵਾਲੀ ਰੋਡ ਦੇ ਉੱਤੇ ਅਸੀਂ ਖੜੇ ਹਾਂ, ਲੇਕਿਨ ਤੁਹਾਨੂੰ ਦਿਖਾ ਦਈਏ ਇਸ ਘਰ ਦੇ ਬਾਹਰ ਰਾਤ ਦੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ, ਤਕਰੀਬਨ 11:30 ਵਜੇ ਦੀ ਹੈ। ਦਾ ਤੇ ਇੱਟਾਂ ਰੋੜੇ ਪੱਥਰ ਵਰਸਾਏ ਜਾਂਦੇ ਆ, ਦੇਖ ਸਕਦੇ ਹੋ ਲੋਹਾ ਹੈਵੀ ਹੋਣ ਕਰਕੇ ਚਾਦਰ ਨਹੀਂ ਫਟੀ, ਇਹ ਦਾਤ ਮਾਰੇ ਹੋਏ ਨੇ ਜੋ ਵੀਡੀਓ ਵਿੱਚ ਚੱਲ ਰਹੇ ਨੇ। ਆਹ ਦੇਖ ਸਕਦੇ ਹੋ ਕਿਸ ਤਰ੍ਹਾਂ ਦਾਜ ਜਿਹੜੇ ਨੇ ਇੱਥੇ ਮਾਰੇ ਹੋਏ ਨੇ, ਜਿਹਦੇ ਨਿਸ਼ਾਨ ਜਿਹੜੇ ਨੇ ਦਰਵਾਜ਼ੇ ਦੇ ਉੱਤੇ ਲੱਗੇ ਹੋਏ ਨੇ। ਇਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ। ਅਗਰ ਇਹ ਭਾਰੇ ਦਰਵਾਜ਼ੇ ਨਾ ਹੁੰਦੇ, ਜਿੰਨੀ ਉਹਨਾਂ ਦੀ ਸੰਖਿਆ ਸੀਗੀ ਉਸ ਹਿਸਾਬ ਦੇ ਨਾਲ, ਉਹ ਕੋਈ ਵੀ ਵੱਡਾ ਹਾਦਸਾ ਕਰਕੇ ਰਫੂ ਚੱਕਰ ਹੋ ਸਕਦੇ ਸੀਗੇ। ਲੇਕਿਨ ਇਹ ਤਸਵੀਰਾਂ ਦਿਖਾਈਆਂ ਜਾ ਰਹੀਆਂ, ਜੋ ਨਾਲ ਦੀ ਨਾਲ ਜਿਹੜੀ ਹੈ ਵੀਡੀਓ ਜਿਹੜੀ ਨਾਲ ਦੀ ਨਾਲ ਚੱਲਦੀ ਪਈ ਹੈ, ਉਹ ਵੀਡੀਓ ਦਿਖਾ ਰਹੇ। ਲੇਕਿਨ ਜੋ ਘਰ ਦੇ ਮਾਲਕ ਨੇ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜੋ ਘਰ ਦੇ ਮਾਲਕ ਨੇ, ਗੱਲਬਾਤ ਕਰਦੇ ਹਾਂ ਕਿ ਪੂਰਾ ਮਾਮਲਾ ਹੋਇਆ ਕਿਸੀ ਛਾਵੇਂ ਹਜੇ ਮਾਮਲਾ ਹੋਇਆ ਕਿਸੀ ਨਾਮ ਕੀ ਆਪਣਾ? ਮੇਰਾ ਨਾਮ ਸੁਰਿੰਦਰ ਬੈਜ ਸਾਹਿਬ ਜੀ, ਮੁਹੱਲਾ ਇਸਲਾਮਗੰਜ ਓਪੋਜਿਟ ਵਾਟਰ ਵਾਲੀ ਟੈਂਕੀ ਦੇ ਘਰ ਦੇ ਸਾਹਮਣੇ ਬਿਲਕੁਲ ਮੇਰਾ ਘਰ ਦਾ ਹੋਇਆ ਭਾਜੀ। ਵੀ ਅਸੀਂ ਰਾਤ ਨੂੰ ਕੋਈ 11:30-11 ਵਜੇ ਨਾ ਅਸੀਂ ਸੁੱਤੇ ਪਏ ਸੀਗੇ, ਮੈਂ ਸੀਗਾ, ਮੇਰਾ ਬੇਟਾ ਸੀਗਾ, ਮਿਸਿਸ ਸੀਗੇ, ਅਸੀਂ ਸੁੱਤੇ ਪਏ ਸੀਗੇ ਰਾਤੀ। ਸੁੱਤੇ ਪਏ ਸੀ ਤਾਂ ਭਾਈ ਦਾ ਟਾਈਮ ਸੀਗਾ ਤਕਰੀਬਨ 11:15 ਵਜੇ, ਜਦੋਂ ਇੱਕਦਮ ਬਾਹਰੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋਈ ਆ, ਤੇ ਮੇਰੀ ਮਿਸੀ ਨੇ ਮੈਨੂੰ ਉਠਾਲਿਆ। ਮੇਰੀ ਮਿਸੀ ਕਹਿੰਦੇ ਵੀ ਤੁਸੀਂ ਬਾਹਰ ਦੇਖੋ ਕਿਸੇ ਦੀ ਲੜਾਈ ਹੋ ਰਹੀ ਹੈ। ਮੈਂ ਕਿਹਾ ਯਾਰ ਛੱਡ ਪਰੇ ਆਪਾਂ ਕੀ ਲੈਣਾ ਜੇ ਕਿਸੇ ਦੀ ਲੜਾਈ ਹੋ ਰਹੀ ਤਾਂ। ਕਹਿੰਦੇ ਨਹੀਂ, ਨਿਸ਼ੂ ਦੇ ਡੈਡੀ ਕਹਿੰਦੇ ਆਪਣੀ ਲੜਾਈ ਹੋ ਰਹੀ ਹੈ, ਕਹਿੰਦੇ ਕੋਈ ਆਪਣੇ ਗੇਟ ਦੇ ਉੱਤੇ ਬਹੁਤ ਜ਼ੋਰ ਜ਼ੋਰ ਦੀ ਕਿਰਪਾਨਾਂ ਮਾਰ ਰਿਹਾ, ਇੱਟਾਂ ਮਾਰ ਰਿਹਾ। ਤੇ ਮੈਂ ਬੜੀ ਉੱਪਰ ਵਾਹੀ 'ਚ ਉੱਠਿਆ, ਮੈਂ ਉੱਠ ਕੇ ਜਦੋਂ ਦੇਖਿਆ, ਮੈਂ ਲੈਟ ਜਲਾਈ, ਲੈਟ ਜਲਾ ਕੇ ਮੈਂ ਕੋਠੇ ਤੇ ਚੜ੍ਹ ਗਿਆ। ਮੈਂ ਵੀ ਫਟਾਫਟ ਦੇਖੋ ਆਪਣੇ ਸਿਵਲ ਡਿਫੈਂਸ ਵਾਸਤੇ, ਮੈਂ ਆਪਣੀ ਬਚਾਅ ਵਾਸਤੇ, ਫਿਰ ਮੈਂ ਵੀ ਕੋਠੇ ਚੜ੍ਹ ਗਿਆ। ਮੈਨੂੰ ਨਹੀਂ ਪਤਾ ਲੱਗਿਆ ਕੌਣ ਸੀਗੇ ਕੌਣ ਨਹੀਂ। ਮਾਮੇ ਇਹਨਾਂ ਦੀ ਗੱਲ ਕਰਾਂ, ਸੁਰਿੰਦਰ ਜੀ ਕਿੰਨੇ ਕੁ ਬੰਦੇ ਸੀ, ਕਿੰਨੇ ਕੁ ਮੋਟਰਸਾਈਕਲ ਤੇ ਆਏ ਸੀ, ਕੀ ਕੀ ਫੜਿਆ ਸੀ ਹੱਥਾਂ 'ਚ? ਇਹ ਤਕਰੀਬਨ ਘੱਟੋ ਘੱਟ ਨੇ 20 ਜਣੇ ਸੀਗੇ ਜੀ, ਅੱਧੇ ਮੁੰਡੇ ਅੱਗੇ ਆਏ ਆ, ਅੱਧੇ ਮੁੰਡੇ ਉਹ ਪਰੇ ਨੁੱਕਰ ਦੇ ਉੱਤੇ ਖੜੇ ਸੀਗੇ, ਮੋਟਰਸਾਈਕਲ ਸਟਾਈਲ ਕੀਤੇ ਹੋਏ ਸੀ ਇਹਨਾਂ ਨੇ। ਅੱਧੇ ਜਣੇ ਨੇ ਇੱਥੇ ਆ ਕੇ ਹਮਲਾ ਕੀਤਾ, ਇਹਨਾਂ ਦੇ ਹੱਥ 'ਚ ਲੰਬੇ ਲੰਬੇ ਉਹ ਫੜੇ ਹੋਏ ਸੀਗੇ, ਦਾਤ ਖੰਡੇ ਫੜੇ ਹੋਏ ਸੀ ਇਹਨਾਂ ਦੇ ਭਾਜੀ। ਤੇ ਮਤਲਬ ਤੁਸੀਂ ਇਹ ਦੇਖ ਲਓ ਵੀ ਜਿੱਦਾਂ ਮੈਂ ਫਿਰ ਮਾਮੀ ਆਪਣੇ ਕੋਠੇ ਤੋਂ ਇੱਟਾਂ ਮਾਰ ਗਿਆ ਆਪਣੇ ਬਚਾਅ ਵਾਸਤੇ, ਦਾ ਟੈਂਡ ਹੋਇਆ ਪੂਰਾ ਪੂਰਾ ਜੀ ਪੂਰਾ। ਸਾਰੇ ਲੋਕ ਕੋਠੇ ਦੇ ਉੱਤੇ ਖੜੇ ਸੀਗੇ, ਦੇਖ ਰਹੇ ਸੀਗੇ, ਔਰ ਇੱਥੇ ਜਨਾਨੀਆਂ ਸੈਰ ਕਰਦੀਆਂ ਪਈਆਂ ਸੀ, ਲੇਡੀਜ਼ ਸਾਡੇ ਸਾਹਮਣੇ ਰਹਿੰਦੇ ਆ। ਮਤਲਬ ਕਿਸੇ ਨੇ ਪਛਾਣ ਦੀ ਕੋਸ਼ਿਸ਼ ਨਹੀਂ? ਨਾ ਜੀ ਨਾ, ਉਹ ਭੱਜ ਕੇ ਲੇਡੀਜ਼ ਉਹ ਕਿਸੇ ਦੇ ਘਰ 'ਚ ਵੜ ਗਈ ਹੈ, ਇੱਥੇ ਅੰਦਰ ਵੜ ਗਈ ਹੈ ਕਿਸੇ ਦੇ ਅੰਦਰ ਵੜ ਕੇ, ਜਦੋਂ ਚਲੇ ਗਏ ਵਿਚਾਰ ਕੇ ਫੇਰ ਬਾਹਰ ਆਈ ਆ। ਥਾਣਾ 300 ਮੀਟਰ ਦੀ ਦੂਰੀ ਤੇ ਮੇਰੇ ਖਿਆਲ ਨਾਲ, ਤੇ ਪੁਲਿਸ? ਸਰ ਪੁਲਿਸ ਨੂੰ ਪੌਣਾ ਘੰਟਾ ਅਸੀਂ ਇੰਤਜ਼ਾਰ ਕੀਤਾ, ਸਾਨੂੰ ਇੰਨਾ ਕੁ ਗੁੰਮਰਾਹ ਕੀਤਾ ਨਾ ਪੁਲਿਸ ਨੇ। ਐਂਡ ਮੈਂ ਅੱਕ ਕੇ ਆਪਣਾ ਐਕਟਿਵਾ ਚੱਕ ਕੇ ਮੈਂ 2 ਨੰਬਰ ਡਿਵੀਜ਼ਨ ਗਿਆ। 2 ਨੰਬਰ ਡਿਵੀਜ਼ਨ ਜਦੋਂ ਮੁੰਸ਼ੀ ਸਾਹਿਬ ਨੇ PCR ਨੂੰ ਫੋਨ ਕੀਤਾ, PCR ਦਾ ਵੀ ਫੋਨ ਬੰਦ ਸੀ, ਸਰਕਾਰੀ ਫੋਨ। ਤੁਹਾਨੂੰ ਡਰ ਨਹੀਂ ਲੱਗਿਆ ਰਾਤ ਨੂੰ ਹਮਲਾ ਕਰਕੇ ਗਏ ਤੁਸੀਂ, ਰਾਤ ਨੂੰ ਚੱਲ ਪਏ ਹੋ? ਸਰ ਕੋਈ ਵੀ ਨਹੀਂ ਦੇਖਦਾ ਸੀ ਰੋਡ ਤੇ, ਸਾਨੂੰ ਤਾਂ ਇਹ ਸੀਗਾ ਨਾ ਵੀ ਚਲੋ ਸਿਵਲ ਹਸਪੀਟਲ ਆ, ਮੇਨ ਪੁਆਇੰਟ ਆ, ਇੱਥੇ ਕੋਈ ਨਾ ਕੋਈ ਤਾਂ ਖੜੇ ਹੋਣੇ ਆ, ਇੱਕ ਦੋ ਪੁਲਿਸ ਵਾਲੇ, ਪਰ ਉੱਥੇ ਸਰ ਕੋਈ ਵੀ ਨਹੀਂ ਖੜਾ ਸੀ। 9 ਵਜੇ ਤੋਂ ਬਾਅਦ ਤੁਸੀਂ ਮੈਨੂੰ ਕਿਸੇ ਵੀ ਏਰੀਆ 'ਚ, ਕਿਸੇ ਵੀ ਜਾ ਕੇ ਜਾਂ ਕਿਸੇ ਵੀ ਰੋਡ ਦੇ ਉੱਤੇ ਪੁਲਿਸ ਦਿਖਾ ਦਿਓ ਮੈਨੂੰ, ਤੁਹਾਨੂੰ ਕਿਤੇ ਵੀ ਪੁਲਿਸ ਨਹੀਂ ਲੱਭੂਗੀ।
ਕੋਈ ਖੌਫ ਨਹੀਂ ਹੈਗਾ ਗੁੰਡਿਆਂ ਨੂੰ, ਆਹ ਬਾਹਰ ਰੋਡ ਦੇ ਉੱਤੇ ਭਾਜੀ ਇੰਨੀ ਗੁੰਡਾਗਰਦੀ ਹੁੰਦੀ ਹੈ। ਸੰਖਿਆ ਸੀ ਰੋਡ ਤੋਂ ਆਏ ਹੋਣਗੇ ਤੇ ਪੁਲਿਸ ਦੀ ਅਗਰ ਨਾਕਾਬੰਦੀ ਹੁੰਦੀ ਤਾਂ ਬੰਦੇ ਇੱਥੇ ਵੱਡੇ ਵੱਡੇ ਖੰਡੇ ਲੈ ਕੇ ਨਾ ਆ ਸਕਦੇ ਭਾਜੀ। 20 ਮੋਟਰਸਾਈਕਲ ਸੀਗੇ ਘੱਟੋ ਘੱਟ ਰਹੇ, 20 ਮੋਟਰਸਾਈਕਲਾਂ ਦੀ ਆਵਾਜ਼ ਤੋਂ ਨਹੀਂ ਕਿਸੇ ਨੂੰ ਪਤਾ ਲੱਗ ਰਿਹਾ ਵੀ ਇੱਡੀ ਆਵਾਜ਼ ਆ ਰਹੀ, ਇੰਨਾ ਸਾਊਂਡ ਹੋ ਰਿਹਾ ਵੀ ਅਸੀਂ ਕਮ ਸੇ ਕਮ ਬਾਹਰ ਨਿਕਲ ਕੇ ਦੇਖੀਏ ਜਾਂ ਕਿਸੇ ਪੁਲਿਸ ਨੂੰ ਇਨਫੋਰਮੇਸ਼ਨ ਦਈਏ ਜਾਂ ਪੁਲਿਸ ਨੂੰ ਖੁਦ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਭਾਜੀ। ਸਾਰੇ ਪੁਲਿਸ ਵਾਲੇ ਕੋਈ ਨਹੀਂ ਦੇਖਦਾ, 9 ਵਜੇ ਤੱਕ ਦੇਖਦੇ ਆ ਪੁਲਿਸ ਵਾਲੇ, ਪੁਲਿਸ ਵਾਲੇ 9 ਵਜੇ ਤੋਂ ਬਾਅਦ ਕੋਈ ਨਹੀਂ ਦੇਖਦਾ। ਡਰਦੇ ਨੇ ਹੋਗੇ ਸ਼ਾਇਦ, ਡਰ ਹੋਊਗਾ ਕਿਉਂਕਿ ਗੁੰਡਾ ਰਾਜ ਚੱਲ ਰਿਹਾ, ਗੁੰਡਾ ਰਾਜ ਚੱਲ ਰਿਹਾ ਫਿਰ ਡਰ ਹੀ ਆ। ਤੇ ਜਦੋਂ ਤੁਸੀਂ ਰਾਤ ਨੂੰ ਇੰਸੀਡੈਂਟ ਹੋਇਆ ਹੋਇਆ ਤੁਹਾਡੇ ਘਰ ਦੇ ਬਾਹਰ ਟੋਏ ਪੱਥਰ ਇੱਟਾਂ ਮਾਰੇ ਨੇ, ਦਾਤ ਫੜੇ ਜੋ ਵੀਡੀਓ 'ਚ ਨਜ਼ਰ ਆ ਰਹੇ ਨੇ, ਉਹ ਕਿੰਨੇ ਦਾ ਵਾਕਿਆ? 11:30 ਕਿੰਨੇ ਦਾ? ਇਹ ਕੋਈ 11:30 ਵਜੇ ਦਾ ਹੈ, ਮਤਲਬ 11 ਤੋਂ 11:30 ਵਜੇ ਦੇ ਵਿੱਚ ਵਿੱਚ ਆ। ਮਤਲਬ ਮੈਂ ਕੋਈ ਵੀ ਨਹੀਂ ਗਿਆ, ਕੋਈ ਗਸਤ ਨਹੀਂ ਜੀ ਹੈਗੀ ਆ। ਤੁਸੀਂ ਰਾਤ ਨੂੰ ਉੱਥੇ ਖੜ ਜੀਓ ਬਾਹਰ ਰੋਡ ਦੇ ਉੱਤੇ, ਤਿੰਨ ਚਾਰ ਮੁੰਡੇ ਰਾਤ ਨੂੰ ਰੋੜਾ ਤੇ 20-20 ਜਾਣੇ ਇੱਧਰੋਂ ਜਾਂਦੇ ਆ, 20-20 ਜਾਣੇ ਇੱਧਰੋਂ ਜਾਂਦੇ ਆ, ਜੋ ਮੈਨੂੰ ਦੱਸਣਾ ਸੀ ਕਿਹੜੇ ਪੁਲਿਸ ਵਾਲੇ ਨੇ ਫੜਿਆ ਉਹਨਾਂ ਨੂੰ, ਇੱਥੋਂ ਨਿਕਲ ਕੇ ਜਾਂਦੇ ਆ ਭਾਜੀ ਰਾਤ ਨੂੰ। ਇੰਨੀਆਂ ਸਾਰੀ ਰਾਹ ਤੇ ਰੋਡ ਸੁਣਦਾ ਨਹੀਂ ਆ, ਸਾਰੀ ਰਾਤ ਬਾਰਾ ਕਰਦੀ ਹੁੰਦੀ ਆ। ਐਸ ਐਚ ਓ ਨੂੰ ਮਿਲਿਓ, ਦੋ ਨੂੰ ਕੀ ਕਹਿੰਦੇ? ਐਸ ਐਚ ਓ ਸਾਹਿਬ ਨੂੰ ਮੈਂ ਫੋਨ ਕੀਤਾ ਸੀਗਾ ਤਕਰੀਬਨ 12:15 ਵਜੇ, ਐਸ ਐਚ ਓ ਸਾਹਿਬ ਕਿਤੇ ਕੰਮ ਸੀਗੇ, ਕਹਿੰਦੇ ਵੀ ਮੈਨੂੰ ਤੁਸੀਂ 2 ਵਜੇ ਕਾਲ ਕਰੋ, ਤੁਸੀਂ ਆਫਿਸ ਆ ਜਾਓ, ਮੈਂ ਤੁਹਾਨੂੰ ਆਫਿਸ ਮਿਲਦੀ ਹੈ, ਤੁਸੀਂ ਮੈਨੂੰ ਸਾਰੀ ਗੱਲ ਦੱਸੋ ਕੀ ਹੋਈ ਆ। ਰਿਪੋਰਟ ਉਹਨਾਂ ਨੇ ਸਾਡੀ ਦਰਜ ਕਰ ਲਈ ਸੀਗੀ ਰਾਤ ਉਹਨਾਂ ਨੇ, ਤੇ ਉਹ ਕਹਿੰਦੇ ਸੀ ਬਾਕੀ ਐਸ ਐਚ ਓ ਸਾਹਿਬ ਨੂੰ ਮਿਲ ਕੇ ਤੁਸੀਂ ਜਿਹੜੀ ਵੀ ਗੱਲ ਹੈਗੀ ਉਹਨਾਂ ਨੂੰ ਦੱਸ ਦਈਓ, ਤੇ ਸਾਡੇ ਕੋਲ ਸਾਰੀਆਂ ਕੈਮਰੇ ਦੀਆਂ ਰਿਕਾਰਡਿੰਗਾਂ ਵਗੈਰਾ ਸਭ ਕੁਛ ਹੈਗਾ ਭਾਜੀ। ਕਿਸੇ ਦੇ ਹਾਲਾਤ ਸੀ ਰਾਤ ਰਾਤ? ਬਹੁਤ ਬੁਰੇ ਹਾਲਾਤ ਸੀ ਭਾਜੀ, ਜੇ ਸਾਡੇ ਮੁੰਡੇ ਨੂੰ ਕੁਛ ਹੋ ਜਾਂਦਾ ਤਾਂ ਇੰਨੀ ਤਦਾਦ ਚ ਆਏ ਸੀ, ਵੱਢ ਕੁੱਟੇ ਜਾਂਦੇ, ਫਿਰ ਕੌਣ ਜ਼ਿੰਮੇਵਾਰ ਸੀ? ਪੁਲਿਸ ਜ਼ਿੰਮੇਵਾਰ ਸੀ ਇਸ ਗੱਲ ਦੀ? ਦੇਖੋ ਕੋਈ ਸੜਕ ਤੇ ਇੰਨਾ ਕੁਛ ਹੁੰਦਾ, ਅਕਸਰ ਨੂੰ ਸੜਕ ਤੋਂ ਹੀ ਆਏ ਸੀਗੇ, ਕਿਸੇ ਨੇ ਦੇਖਿਆ ਨੀ, ਰੋਕਿਆ ਨੀ, ਪੁਲਿਸ ਕਿੱਥੇ ਸੀ ਉਸ ਟਾਈਮ? ਪ੍ਰਾਈਵੇਟ ਫੋਨ ਦਿੱਤਾ, ਪ੍ਰਾਈਵੇਟ ਫੋਨ ਤੋਂ ਆਏ ਆ, ਆ ਕੇ ਉਹਨਾਂ ਨੇ ਕਹਿੰਦੇ ਚਲੋ ਜੀ ਅਸੀਂ ਮੌਕਾ ਦੇਖ ਲਿਆ, ਰਿਪੋਰਟ ਕਰਾ ਦੋ। ਕੋਈ ਉਹਨਾਂ ਨੇ ਪੁੱਛ ਨੀ ਕੀਤੀ, ਕੋਈ ਕਿਛ ਨੀ ਕੀਤੀ, ਸਭ ਕੁਛ ਸਿੱਟਾ ਉੱਟਾ ਖਿਲਰੀ ਆਈ, ਅਸੀਂ ਦੇਖ ਕੇ ਉਹ ਬੰਦੇ ਉਸੇ ਟਾਈਮ ਵਾਪਿਸ ਚਲੇ ਗਏ ਆ। ਫਿਰ ਮੈਂ ਜਾ ਕੇ ਰਿਪੋਰਟ ਕਰਾਈ ਆ, ਮਤਲਬ ਉਹਨਾਂ ਨੇ ਇਹ ਨੀ ਦੇਖਿਆ ਵੀ ਯਾਰ ਬੰਦੇ ਇਕੱਲੇ ਥਾਣੇ ਆਊਗੇ, ਰਾਹ ਚ ਨਾ ਕੋਈ ਇੰਸੀਡੈਂਟ ਹੋ ਜਾਵੇ, ਕੋਈ ਰਾਹ ਚ ਇਹਨਾਂ ਨੂੰ ਘੇਰ ਨਾ ਲਵੇ, ਕੁਛ ਵੀ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਜੀ ਹੈਗੀ ਪੁਲਿਸ ਨੂੰ, ਉਹ ਚੁੱਪ ਕਰਕੇ ਇੱਥੋਂ ਗਏ ਆ, ਉਹਨਾਂ ਦਾ ਮੁੜ ਕੇ ਨੀ ਪਤਾ ਲੱਗਿਆ ਸਾਨੂੰ ਕਿੱਥੇ ਗਏ ਕਿੱਥੇ ਨਹੀਂ ਗਏ। ਮਤਲਬ ਮਾਰਨ ਦੀ ਪਲੈਨਿੰਗ ਚਾਹੀ ਬੜੇ ਮਾਰਾ, ਮੈਂ ਕਹਿੰਦਾ ਤੁਸੀਂ ਇਹ ਗੇਟ ਖੁੱਲਾ ਹੁੰਦਾ ਨਾ ਤੇ ਅੱਜ ਸ਼ਾਇਦ ਸਾਡੀਆਂ ਲਾਸ਼ਾਂ ਨਿਕਲਦੀਆਂ ਇਸ ਗੇਟ ਚੋਂ। ਉਹ ਐਡੇ ਬੁਰੇ ਤਰੀਕੇ ਨਾਲ ਆਏ ਸੀ, ਤੁਹਾਨੂੰ ਮੈਂ ਰਿਕਾਰਡਿੰਗਾਂ ਸਾਰੀਆਂ ਦਿਖਾ ਦਿੱਤੀਆਂ, ਉਹ ਤੁਸੀਂ ਰਿਕਾਰਡਿੰਗਾਂ ਦੇ ਵਿੱਚ ਖੁਦ ਦੇਖੋ ਉਹਨਾਂ ਕੋਲ ਕਿੱਡੇ ਕਿੱਡੇ ਵੱਡੇ ਹਥਿਆਰ ਆ ਤੇ ਕਿਸ ਮਨਸੂਬੇ ਨਾਲ ਆਏ ਸੀ ਉਹ ਬੰਦੇ। ਬਿਲਕੁਲ ਕਿਹੜਾ ਮੱਲਾ ਸੀਗਾ? ਦਾਤ ਫੜੇ ਹੁੰਦੇ ਨੇ ਉਹ ਘਰ ਦੇ ਬਾਹਰ ਤਾਬੜ ਤੋੜ ਇੱਟਾਂ ਨਾਲ ਹਮਲਾ ਕਰਦੇ, ਜਦੋਂ ਘਰ ਦੇ ਪਰਿਵਾਰ ਦੇ ਸਦਸਿਆਂ ਨੂੰ ਪਤਾ ਲੱਗਦਾ ਹੈ ਉੱਪਰ ਜਾਂਦੇ ਆ, ਫਿਰ ਉਸ ਤੋਂ ਬਾਅਦ ਉਹਨਾਂ ਤੇ ਜਿਹੜਾ ਬਚਾਵ ਲਈ ਉੱਤੇ ਪਈਆਂ ਇੱਟਾਂ ਸੜਦੇ ਨੇ, ਲੇਕਿਨ ਉਹਨਾਂ ਸੰਖਿਆ ਇੰਨੀ ਸੀਗੀ ਕਿ ਇਕੱਲੇ ਮੁਕਾਬਲਾ ਨਹੀਂ ਕਰ ਸਕਦੇ। ਲੇਕਿਨ ਇਹਨਾਂ ਨੇ ਕਿਹਾ ਕਿ ਜਦੋਂ ਮੈਂ ਪੁਲਿਸ ਨੂੰ ਫੋਨ ਕੀਤਾ ਤਾਂ PCR ਵਾਲੇ ਦਾ ਫੋਨ ਹੀ ਬੰਦ ਸੀਗਾ, ਤੇ ਥਾਣੇ ਜਾ ਕੇ ਫਿਰ ਸਰਕਾਰੀ ਮੁਨਸ਼ੀ ਨੂੰ ਕਹਿ ਕੇ ਉਹਨਾਂ ਦੇ ਫੋਨ ਤੇ ਫੋਨ ਕਰਾਇਆ, ਤਦ ਉਹਨਾਂ ਨੇ ਕੋਈ ਐਕਸ਼ਨ ਲਿੱਤਾ, ਲੇਕਿਨ ਹਜੇ ਤੱਕ ਵੀ ਜਿਹੜੀ ਆ ਕਾਰਵਾਈ ਨਹੀਂ ਹੋਈ। ਅਕਸਰ ਦੇਖਿਆ ਜਾਂਦਾ ਲੁਧਿਆਣਾ ਸ਼ਹਿਰ ਦੇ ਵਿੱਚ ਤਕਰੀਬਨ 9:30 ਤੋਂ 10 ਵਜੇ ਦੇ ਬਾਅਦ ਕੋਈ ਨਾਕਾਬੰਦੀ ਨਹੀਂ ਹੁੰਦੀ, ਨਾ PCR ਦੀ ਰਾਊਂਡ ਅਪ ਹੁੰਦੀ। ਅਗਰ PCR ਇੰਨੇ ਟੋਲੇ ਦੇ ਵਿੱਚ ਨੌਜਵਾਨ ਜਾ ਰਹੇ ਨੇ, ਮੁੰਡੇ ਜਾ ਰਹੇ ਨੇ, ਕਿੱਥੇ ਦਹਿਸ਼ਤਗਰਦੀ ਕਰਨ ਜਾ ਰਹੇ ਕਿ ਅਗਰ ਉਹਨਾਂ ਨੂੰ ਮੌਕੇ ਤੇ ਫੜ ਲਿੱਤਾ ਜਾਵੇ ਤਾਂ ਇੱਕ ਵੱਡੇ ਗੈਂਗ ਦਾ ਪਰਦਾ ਫਾਸ਼ ਹੋ ਸਕਦਾ ਹੈ। ਹੈਲੋ, ਸਤਿ ਸ਼੍ਰੀ ਅਕਾਲ ਮੈਮ, ਥਾਣਾ ਡਿਵੀਜ਼ਨ ਨੰਬਰ 2 ਤੋਂ SHO ਸਾਹਿਬ ਗੱਲ ਕਰ ਰਹੇ ਹਾਂ? ਜੀ ਜੀ। ਵਿਸ਼ਾਲ ਕਪੂਰ ਗੱਲ ਕਰ ਰਹੇ ਮੈਮ, ਪੱਤਰਕਾਰ ਲੁਧਿਆਣਾ ਲਾਈਵ।
ਲੜਾਈ ਝਗੜਾ ਕੋਈ ਇਹਨਾਂ ਦਾ ਪੁਰਾਣਾ ਚੱਲ ਰਿਹਾ ਸੀ ਮੈਮ? ਮੁੰਡਾ ਤਾਂ ਥੋੜਾ ਜਿਹਾ ਹੈ, ਕੋਈ ਮੁੰਡੇ ਦਾ ਨਾਂ ਦੱਸ ਰਹੇ ਆ ਵੀ ਉਹ ਮੁੰਡਾ ਪਹਿਲਾਂ ਇਹਦੇ ਮੁੰਡੇ ਨੂੰ ਪਹਿਲਾਂ ਵੀ ਧਮਕਾਵਾ ਧਮਕਾਉਣਾ ਸੀਗਾ ਖਰਾਬ ਕਰਦੇ ਨੇ ਜੋ ਮੰਡੀਰ ਜਿਹੜੀ ਅੱਜ ਕੱਲ ਦੀ ਆ, ਉਹਨਾਂ ਦੀ ਕੀ ਕਾਰਵਾਈ ਕੀਤੀ ਜਾ ਸਕਦੀ ਮੈਮ? ਹਾਂ, ਪੂਰੀ ਬੰਦੀ ਕਾਰਵਾਈ ਕਰਾਂਗੇ ਜੋ ਵੀ ਹੈਗੀ। ਲੁਧਿਆਣਾ ਤੋਂ ਕੈਮਰਾਮੈਨ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।